हाँ जी बोलो बोलो ना, पैसे लाओ। हाँ जी कंडीशन अच्छी, अच्छी कंडीशन है। ਤੁਸੀਂ ਪੈਸੇ ਲਾਓ, ਪਹਿਲੇ ਰੇਟ ਤੇ ਬਣਾਈਏ। ਸਾਡੇ ਸਾਰੀ ਡਿਮਾਂਡ ਉਹਨਾਂ ਪਕੋਲ ਕੀਤੀ ਹੈ। ਤੁਸੀਂ ਆਪਣੀ ਆਫਰ ਦਿਓ। ਚਲੋ ਲਵਾ। ਹਾਂਜੀ ਜੀ, ਸਾਡੇ ਢਾਈ ਡਿਮਾਂਡ ਜੇ 15 ਮਾਡਲ ਦੀ ਐਕਸਲ ਆਈ ਚਿੱਟਾ ਰੰਗ ਲਾਓ ਪੈਸੇ। ਹਾਂਜੀ ਬੋਲੋ। 23 ਲੱਖ ਰੁਪਈਆ, 23 ਲੱਖ, 23 ਲੱਖ ਰੁਪਏ ਦਾ ਉਹ 23-10 ਕਿਤੇ ਦੇਣੀ ਬੋਸ। 28 ਵਜਾ ਦੇ ਅੱਗੇ ਸੀ, ਹੁਣ 28 ਹੋ ਗਿਆ। ਚਲੋ ਠੀਕ ਹੈ। 23 ਲੱਖ ਦੀ ਛੱਤ ਡਿੱਗੀ, ਬੋਨਟ ਜੈਨੂਅਨ ਹੈ ਤੁਹਾਡੀ ਗੱਡੀ ਦਾ? ਅੱਛਾ ਠੀਕ ਹੈ, ਚੈੱਕ ਕਰ ਲੈਂਦੇ ਨੇ। ਪੈਸੇ ਲਓ ਜੀ, 23.5 ਲੱਖ, 23.5, 23.5 ਲੱਖ ਰੁਪਏ ਦੇਵੋ ਤੇ 24 ਲੱਖ ਰੁਪਈਆ, 24-10 ਹੋ ਗਿਆ ਇੱਧਰ, 24-20 ਹੋ ਗਿਆ ਇੱਧਰ, 24.5 ਲੱਖ ਰੁਪਈਆ ਇੱਧਰ, 24-60 ਹੋ ਗਿਆ, 70 ਹੋ ਗਿਆ, 75 ਹੋ ਗਿਆ, ਪੂਰਾ 25 ਹੋ ਗਿਆ। ਭਾਈ ਜਾਨ ਫੜ ਲਓ ਹੁਣ, ਸਹੀ ਹੈ ਪੈਸੇ ਕਿੰਨੇ ਨੀ? 28 ਤੇ ਮੈਂ ਬੋਲਿਆ ਸੀ, ਥੱਲੇ ਆਓ, 27.5 ਤੇ ਆ ਗਏ ਮਾਲਕ। ਹਾਂਜੀ ਕੋਈ ਗੱਲ ਨੀ, 25 ਲੱਖ ਰੁਪਇਆ, 27.5 ਤੇ ਮਾਲਕ, 2.5 ਲੱਖ ਦਾ ਡਿਫਰੈਂਸ ਹੈ, ਕੱਢ ਦਿਓ। ਹਾਂਜੀ ਗੱਡੀ ਮਿਲ ਜਾਣੀ, ਗੱਡੀ ਚੰਗੀ ਹੈ, 15 ਮਾਡਲ ਦੀ ਐਕਸਲ ਆਈ, ਹੋਰ ਕੀ ਲੈਣਾ ਜੀ। ਭਾਈ ਜਾਨ ਅੱਧੇ ਘੰਟੇ ਦਾ ਟਾਈਮ ਹੋਏਗਾ ਗੱਡੀ ਦੇ ਵਿੱਚ, ਇਹਨਾਂ ਦੀ ਆਵਾਜ਼ ਚ ਫਰਕ ਨੀ ਹੁੰਦਾ ਪਿਆ, ਤੁਹਾਨੂੰ ਮੈਂ ਵਾਪਸ ਕਰਾਵਾਂਗਾ। ਹਾਂਜੀ ਬਜ਼ੁਰਗੋ ਇਧਰ ਵੇਖੋ, ਮੇਰੇ ਹਾਲ ਜਰਾ ਇਧਰ ਵੇਖੋ, ਅੱਧੇ ਘੰਟੇ ਦਾ ਟਾਈਮ ਹੋਏਗਾ, ਤੁਹਾਨੂੰ ਮੁੰਡਾ ਇੰਸਪੈਕਸ਼ਨ ਵੀ ਕਰ ਦੇਗਾ, ਰੇਟ ਲਾਓ। 25.5 ਲੱਗ ਗਿਆ। ਹਾਂਜੀ 25.5 ਲੱਖ ਰੁਪਏ ਦਾ ਵਧੋ, ਕੰਡੀਸ਼ਨ ਹੀ ਨਹੀਂ ਆਉਂਦੇ ਨੇ, ਛੱਤ ਡਿੱਗੀ, ਬੋਨਟ ਜੈਨੂਅਨ ਨੇ, 25.5 ਲਾ ਦਿੱਤਾ, ਮਾਡਲ 15 ਐਕਸਲ ਆਈ। ਹਾਂਜੀ 25.5 ਦੇ ਉੱਤੇ ਕੋਈ ਬੰਦਾ ਹੈ ਜੀ? ਹੈ ਤੇ ਬੋਲੋ ਜੀ, ਹੈ ਕੋਈ ਬੰਦਾ? ਨਹੀਂ ਹੈ, ਦੇ ਦੇ ਮੈਂ ਤੇਰਾ। ਕਿੰਨੇ ਦੀ ਦੇਣੀ? ਕੋਈ ਗੱਲ ਸੋਹਣੀ ਜੀ, 26-10 ਹੋ ਗਿਆ, ਫੜਾਓ ਲਿਆਓ ਪਿਆ ਨਾ, ਕੱਢੋ ਪਿਆ ਨਾ, ਇੱਕ ਹੀ ਗੱਲ ਹੈ। 26-10 ਕਿੰਨੀ ਦੇਣੀ? 27 ਲੱਖ ਮੈਂ ਦੇਣਾ, ਦੇ ਦੇ ਗੱਲ ਸੁਣ, ਸਮਝਾ ਭਾਈ ਨੂੰ ਸਹੀ। ਕਿੰਨੇ ਲਾਇਆ? ਕਿੰਨੇ ਲਾਇਆ? ਉਹ ਬੰਦਾ ਹੀ ਭੱਜ ਗਿਆ, ਉਹ ਮੈਂ ਲਾਇਆ ਸੀ ਬੰਦਾ, ਉਹ ਗੱਲ ਸੁਣ, ਮੈਂ ਲਾਇਆ ਸੀ, ਸਾਡੇ ਨਾਲ ਮੁਹੱਬਤ ਕਰਨਾ, ਫਿਰ ਇੱਥੇ ਵੀ ਮੁਹੱਬਤ ਕਰਨਾ, ਇੱਥੇ ਜ਼ਿੱਦ ਕਰ ਰਹੇ ਆ। ਦੱਸ ਚੁੱਪ ਕਰ ਜਾ। 26 ਲੱਖ ਰੁਪਏ ਦੀ ਆਪਾਂ ਫਾਈਨਲ ਦੇਣੀ ਆ, ਅਗਰ ਜੇ ਕਿਸੇ ਸਮੇਂ ਚਾਹੀਏ ਬੰਦਾ ਬੋਲੇਗਾ ਨੀ, 25,000 ਤੋਂ ਗੱਡੀ ਨੀ ਦੇਖ ਜਾਣੀ, ਕੀ ਖਿਆਲ? 15,000 ਦਾ ਤੇਲ ਲਾ ਗਿਆ, 15 ਦਾ ਫਿਰ ਲਾਏਗਾ, ਕੀ ਕਰਨਾ ਪਿਆ? ਨਾ ਕਰ, ਬਗੈਰ ਤੋਂ ਝੂਠ ਦਾ, 25,80,000 ਰੁਪਏ ਦੀ ਮੈਂ ਖਾਣੇ ਵਾਲੋਂ ਖਰੀਦ ਕੇ ਗੱਡੀ ਲੈ ਕੇ ਆਇਆ।
चेटन लगी सोचो गड्डी किन्ने संभाल के रखी होगी। हां जी नहीं नहीं चेटन ला देंगे ने लोग कितने 15 दी चलन दी ₹35,000। मालक कितने ने? 17 मॉडल है।